ਗੁਰੂ ਵਾਹਿਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੋਨੀ ਸੈਭੰ ਗੁਰ ਪ੍ਰਸਾਦ ਹਾਲਸਾ ਮੇਰਾ ਰੂਪ ਹੈ ਖਾਲਸ ਹਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਸ਼ਬਦ ਪਰਸ਼ਿੰਦ ਹੈ ਮੋਗਲ ਕਾਲ ਦੇ ਸਮੇਂ ਭਾਰਤ ਦੇ ਵਿੱਚ ਰਾਜਸੀ ਭਾਸ਼ਾ ਪਰਸ਼ਿੰਦ ਸੀ ਫਾਰਸੀ ਸੀ ਜੀਵਨ ਦੇ ਹਰ ਖਿੱਤੇ ਵਿੱਚ ਬਕਾਇਦਾ ਇਸ ਦਾ ਅਸਰ ਸੀ ਸਮਾਜ ਰਾਜ ਨਹੀਂ ਥੀ ਹਥਾ ਕੇ ਧਰਮ ਤੇ ਵੀ भाषा छाई ते इस दा खास प्रयोग है खालसा शब्द फारसी है इस कौम दा कौमी नाम फारसी है खालसा फिर जो प्रार्थना है उसका नाम है ਅਰਦਾਸ ਇਹ ਵੀ ਫਾਰਸੀ ਹੈ ਅਰਜ਼ੇ ਦਾਸ ਹੱਥ ਜੋੜ ਕੇ ਅਰਜ਼ੋਈ ਕਰਨੀ ਬੇਨਤੀ ਕਰਨੀ ਜੋਦੜੀ ਕਰਨੀ ਭਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਗੰਮੀ ਬਾਣੀ ਜਾਪ ਸਾਹਿਬ ਪਰਸ਼ੀਨ ਅਰਬੀ ਸੰਸਕ੍ਰਿਤ ਦਾ ਮਹਾ ਸੰਗਮ ਹੈ ਔਰ ਦੁਨੀਆ ਦੇ ਵਿੱਚ ਭਾਸ਼ਾ ਦੇ ਪੱਖ ਤੋਂ ਜਪ ਸਾਹਿਬ ਇੱਕ ਅਜੂਬਾ ਹੀ ਹੈ ਇੱਕ ਕਰਿਸ਼ਮਾ ਹੈ ਕਿ ਦੁਨੀਆ ਦੀ ਤਿੰਨ ਪਿਖੜੀਆਂ ਔਰ ਖਾਸ ਭਾਸ਼ਾਵਾਂ ਦਾ ਸੰਗਮ ਇੱਕ ਬਾਣੀ ਵਿੱਚ ਮਿਲਦਾ ਹੈ ਜਪ ਸਾਹਿਬ ਔਰ ਇਸ ਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਭਾਸ਼ਾ ਦਾ ਗਿਆਨ ਵੀ ਉਜਾਗਰ ਹੁੰਦਾ ਹੈ ਯੋਗਾਰ ਵੀ ਦੇ ਕਿਤਨੇ ਮਹਾ ਪੰਡਿਤ ਸਨ ਫਾਰਸੀ ਦੇ ਕਿਤਨੇ ਵੱਡੇ ਗਿਆਤਾ ਸਨ ਔਰ ਸੰਸਕ੍ਰਿਤ ਦਾ ਕਿਤਨਾ ਵੱਡਾ ਉਹ ਬੋਧ ਰੱਖਦੇ ਸਨ ਕੌਮ ਨੂੰ ਜੋ ਕੌਮਿਆਨਾ ਨਾਮ ਦਿੱਤਾ ਹੈ ਖਾਲਸਾ ਇਸ ਦਾ ਤਸਵੀਰ ਇਸ ਦੀ ਕਲਪਨਾ ਗੁਰੂ ਨਾਨਕ ਨੇ ਕੀਤੀ ਲਾਲਵਨ 250 ਸਾਲ ਦਾ ਅਰਸਾ ਲਗਿਆ ਮਨੁੱਖ ਨੂੰ ਖਾਲਸਾ ਬਣਾਉਣ ਵਿੱਚ ਪਰਮਾਤਮਾ ਕਲਾਕਾਰ ਹੈ ਹਮ ਮੂਰਖ ਤੂੰ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆ ਥਾ ਕਲਾ ਹਰ ਪਾਸੇ ਬਿਖਰੀ ਪਈ ਹੈ ਸੁੰਦਰ ਫੁੱਲਾਂ ਦੇ ਵਿੱਚ ਕ੍ਰੂਪ ਹੁੰਦੇ ਨੇ ਕਠੋਰ ਹੁੰਦੇ ਨੇ ਨਿਰਗੰਧ ਹੁੰਦੇ ਨੇ ਪਰ ਪ੍ਰਕਿਰਤੀ ਇਨ੍ਹਾਂ ਕਠੋਰ ਬੀਜਾਂ ਦੇ ਚੋਂ ਕੋਮਲਤਾ ਨੂੰ ਜਨਮ ਦਿੰਦੀ ਹੈ ਇਹਨਾਂ ਹੀ ਕਰੋਪ ਬੀਜਾਂ ਦੇ ਚੋਂ ਸੁੰਦਰ ਫੁੱਲ ਖਿੜਦੇ ਨੇ ਨਿਰਗੰਧ ਬੀਜ ਮਹਾਂ ਸੁਗੰਧਿਤ ਹੋ ਜਾਂਦਾ ਹੈ ਬੜੀ ਵੱਡੀ ਕਲਾ چارੋਂ ਪਾਸੇ ਵਿਖਰੀ ਹੋਈ ਹੈ ਪਰਮਾਤਮਾ ਇੱਕ ਮਹਾਨ ਕਲਾਕਾਰ ਹੈ ਕਿਸ ਮੂਲ ਤੇ ਮਾਨਖ ਕਰਿਆ ਕਵਨ ਪ੍ਰਤਾਪ ਤੁਮਾਰਾ ਮਾਂਖੀ ਰਕਤ ਪਿਤਾ ਬਿੰਧਾਰਾ ਪਾਣੀ ਮੈਲਾ ਮਾਠੀ ਗੋਰੀ ਇਸ ਮਾਠੀ ਕੀ ਪੁਤਰੀ ਜੋਰੀ ਮਹਿਲਾ ਪਾਣੀ ਪਿਤਾ ਲਾਲ ਮਿੱਟੀ ਖੂਨ ਮਾਂ ਇਸ ਸੰਯੋਗ ਤੋਂ कितनी सुंदर मूर्ति उसने घड़ी है और कितनी बड़ी कला सामने प्रकट हो रही है मनुख परमात्मन का घड़ेया हुआ एक مجسمہ ہے اور اتھوں پتہ چلدا ہے وہ کتنا بڑا کلاکار ہے کلا اس دی چاروں پاسے بکھری ہوئی ہے سورج اسے دی کرت ہے چاندما اسے دی کرت ہے सागर اسے دی کرت ہے चारों पासे बिखरी हुई वनस्पति उसे की कृत है ये पशु ये पक्षु और संसार देश इतना विधि विधान सब उसे है और कृत द कला दी पी है और कला द कलाकार है साढ़े देश ने ठीक ही गिनती की है ਜਿਸ ਦੇ ਚ ਜਿਤਨੀ ਜ਼ਿਆਦਾ ਕਲਾ ਉਹ ਉਤਨਾ ਹੀ ਪ੍ਰਮਾਤਮਾ ਦੇ ਨਿਕਟ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੜੀ ਕੀਮਤੀ ਪੰਕਤੀ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜੇ ਦੁਆਪਰ ਯੁਗ ਦੇ ਅਵਤਾਰੀ ਪੁਰਸ਼ ਦੀ ਤਰਫ ਇਸ਼ਾਰਾ ਹੈ ਹਿੰਦੂ ਜਗਤ ਦੇ ਚ ਕਹਿੰਦੇ ਨੇ ਸ੍ਰੀ ਕ੍ਰਿਸ਼ਨ ਪੂਰਨ ਅਵਤਾਰ ਨੇ ਬਾਕੀ ਸਾਰੇ ਅੰਸ਼ਾ ਅਵਤਾਰ ਨੇ ਅੰਸ਼ਮਾਤਰ ਲੇਸ਼ਮਾਤਰ ਅੰਸ਼ਮਾਤਰ ਸਾਰੇ ਅਵਤਾਰਾਂ ਨੂੰ ਅੰਸ਼ਾ ਅਵਤਾਰ ਆਖਿਆ ਗਿਆ ਔਰ ਅੰਸ਼ ਤੋਂ ਮੁਰਾਦ ਕੋਈ ਇੱਕ ਕਲਾ ਕੋਈ ਦੋ ਕਲਾ ਕੋਈ ਤਿੰਨ ਕਲਾ ਕੋਈ ਚਾਰ ਕਲਾ ਰੱਖਦਾ ਹੈ ਕਿਸੇ ਕੋਲ ਅਧੀ ਕਲਾ ਹੈ ਪਰ ਦੁਆਪੁਰ ਦਾ ਇਹ ਅਵਤਾਰੀ ਪੁਰਸ਼ ਸ਼ੀਰੀ ਕ੍ਰਿਸ਼ਨ ਇਹ ਆਪਣੇ ਵਿੱਚ 16 ਕਲਾ ਰੱਖਦੇ ਨਹੀਂ ਤੇ ਇੱਕ ਵਾਰ ਕਹੀ ਇਹ ਤੇ ਕਰਾਮਾਤ ਹੈ ਦੇਖਣ ਦੇ ਚਾਇਆ ਜੋ ਚੋਟੀ ਦਾ ਕਵੀ ਹੈ ਜੋ ਮਹਾਨ ਸ਼ਾਇਰ ਹੈ ਉਹ ਮਹਾਨ ਸੰਗੀਤਕਾਰ ਨਹੀਂ ਆਉਂਦਾ ਔਰ ਜੋ ਸੰਗੀਤ ਦੀ ਦੁਨੀਆ ਵਿੱਚ ਬਹੁਤ ਅੱਗੇ ਲੰਘੇ ਬਹੁਤ ਅੱਗੇ ਲੰਘੇ ਉਹ ਕੋਈ ਉੱਗਾ ਤੇ ਮਹਾਨ ਚਿੱਤਰਕਾਰ ਨਹੀਂ ਆਉਂਦਾ ਔਰ ਜੋ ਮਹਾਨ ਮੁਸਵਰ ਹੈ ਚਿੱਤਰਕਾਰ ਹੈ ਤੇ ਚਿੱਤਰਾਂ ਦੇ ਵਿੱਚ ਇਸ ਢੰਗ ਨਾਲ ਰੰਗ ਭਰਦਾ ਹੈ ਜਾਨ ਭਰਦਾ ਹੈ ਕਿ ਉਹਦੇ ਚਿੱਤਰ ਵਾਸਤਵਿਕਤਾ ਦਾ ਰੂਪ ਪੇਸ਼ ਕਰਦੇ ਨੇ ਐਸਾ ਚਿੱਤਰਕਾਰ ਬਾਕੀ ਹਰ ਪੱਖ ਤੋਂ ਪਛੜਿਆ ਹੋਇਆ ਹੁੰਦਾ ਹੈ ਕਹਿੰਦੇ ਨੇ ਕਿਸੇ ਇੱਕ ਮਾਰਗ ਦੇ ਵਿੱਚ ਬਹੁਤ ਅੱਗੇ ਲੰਘ ਜਾਣ ਨਾਲ ਮਨੁੱਖ ਹਜ਼ਾਰਾਂ ਮਾਰਗਾਂ ਵਿੱਚ ਪਛੜ ਜਾਂਦਾ ਹੈ ਦੇਖਣ ਦੇ ਚਾਇਆ ਧਨ ਦੀ ਦੁਨੀਆ ਵਿੱਚ ਅੱਗੇ ਲੰਗਿਆ ਮਨੁੱਖ ਚੋਟੀ ਦਾ ਧਨਵਾਨ ਗਿਆਨ ਤੇ ਕਲਾ ਦੀ ਦੁਨੀਆ 'ਚ ਪਛੜਿਆ ਹੁੰਦਾ ਹੈ ਪਿੱਛੇ ਰਹਿ ਜਾਂਦਾ ਔਰ ਕੋਈ 16 ਕਲਾਵਾਂ ਵਿੱਚ ਅੱਗੇ ਹੋਵੇ ਉਹ ਉੱਗਾ ਨਿਰਤਕਾਰ ਵੀ ਹੋਵੇ ਉਹ ਉੱਗਾ ਸਾਜ਼ਿੰਦਾ ਵੀ ਹੋਵੇ ਇਸ ਦੰਦ ਨਾਲ ਬਹੁਤ ਸਰੀ ਮੁਰਲੇ ਵਜਾਏ ਕਿ ਪਸ਼ੂ ਵੀ ਮੋਹਿਤ ਹੋ ਜਾਣ ਪੰਛੀਆਂ ਨੂੰ ਦਾਣਾ ਚੁਗੜਾਈ ਭੁੱਲ ਜਾਏ ਔਰ ਮਨੁੱਖਾ ਨੂੰ ਕੰਮਕਾਰ ਭੁੱਲ ਜਾਏ ਔਰ ਮੁਰਲੀ ਦੀ ਧੁਨ ਵਿੱਚ ਮਸਤ ਹੋ ਜਾਏ ਐਸਾ ਸਾਜ਼ੰਦਾ ਐਸਾ ਗੀਤਕਾਰ ਐਸਾ ਨਿਰਤਕਾਰ ਔਰ ਉਹ ਫਿਰ ਰਾਜਨੀਤੀ ਦਾ ਪੰਡਿਤ ਵੀ ਹੋਵੇ ਉਹ ਫਿਰ ਆਪਣੇ ਅੰਦਰ ਰੱਬੀ ਫਲਸਫਾ ਵੀ ਰੱਖਦਾ ਹੋਵੇ ਗੀਤਾ ਦੇ ਰੂਪ ਵਿੱਚ ਮਹਾਗੀਤਾ ਦੇ ਰੂਪ ਵਿੱਚ ਤੁ ਸਵਾਕਸੀ ਉਹਨੂੰ ਪੂਰਨ અવਤਾਰ ਕਹਿਣਾ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ 16 ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾ ਕਰ ਚਲਿਆ ਪ੍ਰਮਾਤਮਾ 16 ਕਲਾ ਤੇ ਮੁਕ ਨਹੀਂ ਜਾਂਦਾ ਅਨੰਤ ਕਲਾ ਦਾ ਮਾਲਕ ਗਿਣਤੀ ਮੁੱਕ ਜਾਏ ਅਸੰਖ ਹਿੰਦਸਾ ਬੜਾ ਸੁੰਦਰ ਹੈ ਗਣਤ ਦੇ ਚ ਇਸ ਨੂੰ ਇਸ ਤਰ੍ਹਾਂ ਲੈਂਦੇ ਨੇ 100 ਅਰਬ ਦਾ ਇੱਕ ਅਸੰਖ ਪਰ ਅਖਰੀ ਅਰਥਾਂ ਚ ਇਸ ਨੂੰ ਇਸ ਤਰ੍ਹਾਂ ਲੈਂਦੇ ਨੇ ਅਸੰਖ ਜਿਹਦੀ ਸੰਖਿਆ ਨਹੀਂ ਹੋ ਸਕਦੀ ਜਿਹਦੀ ਗਿਣਤੀ ਨਹੀਂ ਹੋ ਸਕਦੀ ਅਸੰਖ ਤੋ ਉਹ ਪਰਿਪੂਰਨ ਪਰਮਾਤਮਾ ਅਸੰਖ ਅਨੰਤ ਕਲਾ ਦਾ ਮਾਲਕ ਹੈ ਉਸ ਦੀ ਕਲਾ ਗਣੇ ਨਹੀਂ ਜਾ ਸਕਦੀ ਜਦ ਉਹ ਕਲਾਕਾਰ ਹੈ ਪਤਾ ਨਹੀਂ ਕਿਤਨੇ ਖੰਡ ਬ੍ਰਹਿਮੰਡ ਬਣਾਏ ਨੇ ਉਸਨੇ ਅੱਜ ਵਿਗਿਆਨ ਸਹਿਮਤ ਹੋ ਗਿਆ ਹੈ ਕਿ ਬ੍ਰਹਿਮੰਡ ਵਿੱਚ ਅਰਬਾਂ ਖਰਬਾਂ ਸੂਰਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਕਈ ਕੋਟ ਸਸੀਰ ਸੂਰ ਨਖਤਰ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ आकाल पुरख की देह में कोटिक विष्णु महेश कोट इंद्र ब्रह्मा के थे रवसस कोट जलेश प्रभु दी देही देच अनंत सूरज ने अनंत ससी ने अनंत ग्रह ने छत्र ने बहुत लंबा चौड़ा एक पसारा है और उस पसारे दे हिसाब दे नाल कला दी गिनती करिए तो असंख अनंत उसकी कला गिनी नहीं जा सकती पर एक पैमाना देश साजागर होया, जो कलाकार है उस महान कलाकार दे नेड़े ही है केंद्र ने जब कुछ मनुख बे आवे तो भगवान दे नेड़े नेे है। जब कुछ मनुख मिटा रहे आवे तो फिर शैतान दे नेड़े आता है कुछ भी बर्बाद कर रहा हो कुछ भी मिटा रहा हो ਉਸ ਵਕਤ ਮਨੁੱਖ ਸ਼ੈਤਾਨ ਦੇ ਨੇੜੇ ਆਉਂਦਾ ਕੁਝ ਵੀ ਬਣਾ ਰਿਹਾ ਹੋਵੇ ਕੁਝ ਵੀ ਤਾਮੀਰ ਕਰ ਰਿਹਾ ਹੋਵੇ ਉਸਾਰੀ ਕਰ ਰਿਹਾ ਹੋਵੇ ਉਸ ਵਕਤ ਮਨੁੱਖ ਭਗਵਾਨ ਦੇ ਨੇੜੇ ਆਉਂਦਾ ਹੈ ਪ੍ਰਭੂ ਦੇ ਨੇੜੇ ਆਉਂਦਾ ਹੈ ਉਸ ਮਹਾਨ ਕਲਾਕਾਰ ਦੇ ਨੇੜੇ ਹੁੰਦਾ ਹੈ ਤਿੰਨ ਕਾ ਤਿੰਨ ਕਾ ਇਕੱਠਾ ਕਰਕੇ ਜਦ ਚਿੜੀਆਂ ਇੱਕ ਘੋਸਲਾ ਬਣਾਉਂਦੀਆਂ ਨੇ ਬਣਾਉਣ ਦੇ ਸਮੇਂ ਉਹ ਵੀ ਰੱਬ ਦੇ ਨੇੜੇ ਨੇ ਈਸ਼ਵਰ ਦੇ ਨੇੜੇ ਇੱਕ ਇੱਕ ਜ਼ਰਰਾ ਰੇਤ ਦਾ ਕੱਢ ਕੇ ਜਦ ਕੋਈ ਕੀੜਾ ਮਕੋੜਾ ਇੱਕ ਖੁੱਡ ਬਣਾਉਂਦਾ ਹੈ ਉਹ ਵੀ ਪ੍ਰਮਾਤਮਾ ਦੇ ਨੇੜੇ ਮਿੱਟੀ ਨੂੰ ਗੁੰਨ ਕੇ ਮਥ ਕੇ ਚਾਕ ਤੇ ਰੱਖ ਕੇ ਜਦ ਕੋਈ ਘੜੇ ਤੇ ਸੁਰਾਈਆਂ ਤੇ ਪਿਆਲੇ ਬਣਾਉਂਦਾ ਹੈ ਉਹ ਕੁਮਾਰ ਵੀ ਉਸ ਵਕਤ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਰੰਗਾਂ ਨੂੰ इकਟ्ठा ਕਰਕੇ ਜਦ ਕੋਈ ਮੁਸਵਰ ਇੱਕ ਤਸਵੀਰ ਬਣਾਉਂਦਾ ਹੈ ਜਦ ਕੋਈ ਚિત੍ਰਕਾਰ ਇੱਕ ਚਿੱਤਰ ਬਣਾਉਂਦਾ ਹੈ ਉਹ ਵੀ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ ਉਹ ਵੀ ਈਸ਼ਵਰ ਦੇ ਨੇੜੇ ਹੁੰਦਾ ਹੈ ਸੁਰਾਂ ਨੂੰ ਇਕੱਠਾ ਕਰਕੇ ਤਰਤੀਬ ਦੇ ਕੇ ਜਦ ਕਿਸੇ ਰਾਗ ਦਾ ਜਨਮ ਕਿਸੇ ਰਾਗੀ ਤੋਂ ਹੁੰਦਾ ਹੈ ਉਹ ਵੀ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ ਅਲਫਾਜ਼ਾਂ ਨੂੰ ਇਕੱਠਾ ਕਰਕੇ ਸ਼ਬਦਾਂ ਨੂੰ ਇਕੱਠਾ ਕਰਕੇ ਬੋਲਾਂ ਨੂੰ ਇਕੱਠਾ ਕਰਕੇ ਤਰਤੀਬ ਦੇ ਕੇ ਜਦ ਕੋਈ ਕਵਤਾ ਨੂੰ ਜਨਮ ਦਿੰਦਾ ਹੈ ਕਿਸੇ ਸਵਈਏ ਨੂੰ ਕਿਸੇ ਕਵਿਤ ਨੂੰ ਕਿਸੇ ਛੰਦ ਨੂੰ ਕਿਸੇ ਪਦੇ ਨੂੰ ਤੋਂ ਉਸ ਵਕਤ ਸਿਰਜਣ ਦੀ ਕਿਰਿਆ ਦੇ ਵਿੱਚ ਬਣਾਉਣ ਦੀ ਕਿਰਿਆ ਦੇ ਵਿੱਚ ਉਹ ਕਰਤਾ ਪ੍ਰਮਾਤਮਾ ਦੇ ਨੇੜੇ ਆਉਂਦਾ ਹੈ ਈਸ਼ਵਰ ਦੇ ਨੇੜੇ ਹੁੰਦਾ ਹੈ ਇਸ ਵਾਸਤੇ ਆਦ ਕਾਲ ਤੋਂ ਕਲਾਕਾਰ ਪੂਜੇ ਜਾ ਰਹੇ ਨੇ ਸਨਮਾਨਿਤ ਹੁੰਦੇ ਨੇ ਉਹਨਾਂ ਦਾ ਸਤਕਾਰ ਹੈ ਮਿੱਟੀ ਨੂੰ ਘੜ ਕੇ ਪਿਆਲੇ ਬਣਾਣੇ ਪੱਥਰ ਨੂੰ ਘੜ ਕੇ ਮੂਰਤੀਆਂ ਬਣਾਣਾ ਰੰਗਾਂ ਨੂੰ ਸਵਾਰ ਕੇ ਤਸਵੀਰ ਬਣਾਣੀ ਇਹ ਤੇ ਮਹਾਨ ਕਲਾ ਹੈ ਲੇਕਿਨ ਮਨੁੱਖ ਨੂੰ ਹੀ ਘੜ ਕੇ ਪਰਮਾਤਮਾ ਬਣਾ ਦੇਣਾ ਬੰਦੇ ਨੂੰ ਘੜ ਕੇ ਈਸ਼ਵਰ ਬਣਾ ਦੇਣਾ ਮਹਾ ਕਲਾ ਹੈ ਔਰ ਇਸੇ ਮਹਾ ਕਲਾ ਨੂੰ ਜਨਮ ਦਿੱਤਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਮਹਾਨ ਕਲਾਕਾਰ ਔਰ ਉਸ ਮਹਾਨ ਕਲਾਕਾਰ ਦੇ ਕਰਤਦਾ ਨਹੀਂ ਹੈ ਖਾਲਸਾ ਖਲਸੇ ਦੇ ਅਰਥ ਨੇ ਸ਼ੁੱਧ ਪਾਵਨ ਪਵਿੱਤਰ ਮੈਲ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਮਹਿਲਾ ਪਾਣੀ ਖੇਣ ਲਾਇਕ ਨਹੀਂ ਹੁੰਦਾ ਬਣੇ ਹੋਏ ਭੋਜਨ ਤੇ ਕੋਈ ਮੈਲ ਪੈ ਗਈ ਹੈ ਖਾਣ ਲਾਇਕ ਨਹੀਂ ਹੁੰਦਾ અત્યੰਤ ਮੈਲਾ ਕਪੜਾ ਘਿਰਣਾ ਪੈਦਾ ਕਰਦਾ ਹੈ ਔਰ ਇਸੇ ਤਰੀਕੇ ਦੇ ਨਾਲ ਮਹਿਲੀ ਥਾਂ ਤੇ ਬੈਠਣ ਨੂੰ ਜੀ ਨਹੀਂ ਕਰਦਾ ਮੈਲ ਕਿਸੇ ਵੀ ਹਿੱਸੇ 'ਚ ਕਿਸੇ ਵੀ ਪੱਕ ਦੇ 'ਚ ਕਿਸੇ ਥਾਂ ਤੇ ਵੀ ਚੰਗੀ ਨਹੀਂ ਲੱਗਦੀ ਮੈਲਾ ਕਪੜਾ ਹੋਵੇ ਮੈਲੇ ਹੱਥ ਪੈਰ ਨੇ ਮੈਲੀ ਕੋਈ ਵਸਤੂ ਹੋਵੇ ਮੈਲੀ ਥਾ ਹੋਵੇ ਕਾਬਲੇ ਦੇਦ ਨਹੀਂ ਕਾਬਲੇ ਇਸਤੇਮਾਲ ਵੀ ਨਹੀਂ ਪਰ ਜੇ ਮੈਲੀਆਂ ਵਸਤੂਆਂ ਕਾਬਲੇ ਦੇਦ ਨਹੀਂ ਨੇ ਕਾਬਲੇ ਇਸਤੇਮਾਲ ਨਹੀਂ ਨੇ ਤਾਂ ਮੈਲਾ ਮਨੁੱਖ ਵੀ ਪ੍ਰਮਾਤਮਾ ਨੂੰ ਕਬੂਲ ਨਹੀਂ ਹੈ ਮੈਲਾ ਮਨੁੱਖ ਨੂੰ ਪ੍ਰਮਾਤਮਾ ਦੇ ਦਰਵਾਜ਼ੇ ਤੇ ਥਾਂ ਨਹੀਂ ਪਾ ਸਕਦਾ ਮਨੁੱਖ ਦਾ ਸ਼ੁੱਧ ਹੋਣਾ ਬੜਾ ਲਾਜ਼ਮੀ ਮਨੁੱਖ ਦਾ ਪਾਵਨ ਹੋਣਾ ਬੜਾ ਆਲਾਜ਼ ਨਹੀਂ ਕਿਸ ਤਰ੍ਹਾਂ ਇਹ ਪਾਵਨ ਹੋਵੇ ਕਿਵੇਂ ਇਹ ਪਵਿੱਤਰ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤੇ ਮਿਹਨਤ ਸ਼ੁਰੂ ਕੀਤੀ ਇਸ ਨੂੰ ਸਾਫ਼ ਕਹਿ ਦਿੱਤਾ ਕਿ ਤੂੰ ਕਬੂਲ ਕਰ ਮੈਂ ਕੁਝ ਨਹੀਂ ਜਾਣਦਾ ਔਰ ਮੈਂ ਸਿੱਖਣਾ ਜਿਸ ਦੇ ਅੰਦਰ ਵੀ ਸਿੱਖਣ ਦੀ ਭਾਵਨਾ ਪੈਦਾ ਹੋ ਗਈ ਸਿੱਖਿਆ ਨੂੰ ਗ੍ਰਹਿਣ ਕਰਨ ਦੀ ਭਾਵਨਾ ਜਿਸ ਦੇ ਅੰਦਰ ਵੀ ਪੈਦਾ ਹੋ ਗਈ ਔਰ ਉਸੇ ਦੇ ਅੰਦਰ ਪੈਦਾ ਹੋਵੇਗੀ ਜਿਹੜਾ ਕਬੂਲ ਕਰੇ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਤੇ ਅਨਝਾਨ ਮੈਂ ਤੇ ਕੁਝ ਵੀ ਨਹੀਂ ਜਾਣਦਾ ਤੋ ਇਸ ਤਰ੍ਹਾਂ ਦੇ ਮਨੁੱਖ ਦਾ ਨਾਮ ਪੈ ਜਾਂਦਾ ਸਿੱਖ ਸਿੱਖ ਸਿੱਖਣ ਦੀ ਭਾਵਨਾ ਨਹੀਂ ਪੈਦਾ ਹੋਈ ਸਿੱਖਣ ਦੀ ਚਾਹਤ ਨਹੀਂ ਪੈਦਾ ਹੋਈ ਸਿੱਖਣ ਦੀ ਤੜਪ ਨਹੀਂ ਪੈਦਾ ਹੋਈ ਔਰ ਇਹ ਭਾਵ ਵੀ ਨਹੀਂ ਪੈਦਾ ਹੋਇਆ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਔਰ ਐਸਾ ਦਾਵਾ ਕਰੇ ਮੈਂ ਬਹੁਤ ਕੁਝ ਜਾਣਦਾ ਬਹੁਤ ਕੁਝ ਜਾਣਦਾ ਕਹਿੰਦੇ ਨੇ ਸਾਹੂਕਾਰ ਸਾਹੂ ਮਨੁੱਖ ਖਾਸ ਮਨੁੱਖ ਚੋਟੀ ਦਾ ਧਨਵਾਨ ਬਣ ਕੇ ਨਿਰਮਾਣ ਹੋ ਜਾਂਦਾ ਹੈ ਔਰ ਉਸ ਦੀ ਸਮਝ ਦੇ ਚਾਹੁੰਦੀ ਹੈ ਸਭ ਕੁਝ ਪ੍ਰਾਪਤ ਕਰਕੇ ਪਤਾ ਚੱਲਿਆ ਕੁਝ ਵੀ ਨਹੀਂ ਮਿਲੇ ਕੁਝ ਵੀ ਨਹੀਂ ਮਿਲੇ ਜੀਵਨ ਦੇ ਹਰ ਪੱਖ ਦੇ ਚ ਐਸਾ ਹੁੰਦਾ ਹੈ ਬਹੁਤਾ ਗਿਆਨ ਪ੍ਰਾਪਤ ਕਰਕੇ ਵੀ ਪਤਾ ਚੱਲਦਾ ਹੈ मैं कुछ नहीं जानता मैं कुछ नहीं जानता जान जान के इतना ही पता चलता है कि मैं कुछ नहीं जानता मैं कुछ नहीं जानता बहादुर शाह जफर दे दरबारी कवि दरबारी शायर उस्ताद जौ बड़ा कीमती बोल है उन्होंने हम जानते थे कि इलम से कुछ जानेंगे पर जाना तो ये जाना ਕੀ ਨਾ ਜਾਣਾਂ ਕੁਝ ਵੀ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਜੈਸੇ ਸਭ ਕੁਝ ਪ੍ਰਾਪਤ ਹੋ ਕੇ ਅਗਰ ਸਹੀ ਮੈਨੇਜ ਕੋਈ ధਨવાન ਹੋਇਆ ਹੈ ਉਸ ਨੂੰ ਇਹ बोਧ ਆਉਂਦਾ ਹੈ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਨਿਰਮਾਣ ਹੋ ਜਾਂਦਾ ਹੈ ਇਸ ਤਰ੍ਹਾਂ ਸਹੀ ਮੈਨੇਜ ਗਿਆਨ ਹਾਸਲ ਕਰਕੇ ਗਿਆਨੀ ਪਰਮ ਗਿਆਨੀ ਇਸ ਨਤੀਜੇ ਤੇ ਪਹੁੰਚਦਾ ਹੈ ਇਸ ਸ਼ਿਖਰ ਤੇ ਪਹੁੰਚਦਾ ਹੈ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਥਾਂ ਥਾਂ ਤੇ ਵਿਚਾਰ ਵਿਅਕਤ ਕਰਕੇ ਕਿਧਰੇ ਮੰਦਰਾਂ ਦੇ ਵਿੱਚ ਕਿਧਰੇ ਮਸਜਿਦਾਂ ਦੇ ਵਿੱਚ ਕਿਧਰੇ ਤੀਰਥਾਂ ਤੇ ਕਿਧਰੇ ਤਰ੍ਹਾਂ-ਤਰ੍ਹਾਂ ਦੇ ਮਜਮਿਆਂ 'ਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗਿਆਨ ਮਨੁੱਖਤਾ ਦੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੁਮੇਰ ਪਰਬਤ ਤੇ ਆਪ ਗਏ ਨੇ तमाम ਧਾਰਮਿਕ ਕੇਂਦਰਾਂ ਤੇ ਆਪ ਗਏ ਨੇ بڑے بڑے ਮذਬੀ ਮਰਕਜ਼ ਚਾਇਓ ਖਾਨਾ ਕਾਬਾ ਸੀ ਉੱਥੇ ਤੱਕ ਵੀ ਗਏ ਇਹ ਅਹਿਸਾਸ ਦਿਲਾਣ ਲਈ ਇਹ ਅਹਿਸਾਸ ਕਰਾਣ ਲਈ ਐ ਮਨੁ ਤੂੰ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਔਰ ਜਾਣਨ ਦੀ ਭਾਵਨਾ ਪੈਦਾ ਕਰ ਸਿੱਖਣ ਦੀ ਭਾਵਨਾ ਪੈਦਾ ਕਰ ਜਦ ਸਿੱਖਣ ਦੀ ਭਾਵਨਾ ਪੈਦਾ ਹੋ ਜਾਏ ਔਰ ਪੂਰਨ ਪ੍ਰਾਣਾ ਨਾਲ ਕੋਈ ਕਬੂਲ ਕਰੇ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਤੋ ਸਿੱਖ ਹੋ ਗਿਆ ਉਹ ਸਿੱਖ ਹੋ ਗਿਆ ਇਸ ਤਰ੍ਹਾਂ ਦੇ ਸਿੱਖੀ ਦੇ ਸਰੂਪ ਨੂੰ ਸਵਾਰਦੇ ਰਹੇ ਸ਼ਿੰਗਾਰਦੇ ਰਹੇ ਤਰ੍ਹਾਂ ਤਰ੍ਹਾਂ ਦੇ ਬਸਤਰਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਗਹਿਣਿਆਂ ਨਾਲ ਗੁਰਨਾਣਿਕ ਦੇ ਨਵ ਸਰੂਪ ਸਵਰਗਿਆ ਸਿੱਖ ਸ਼ਿੰਗਾਰਿਆ ਗਿਆ ਸਿੱਖ ਇਹ ਮਹਾਦਾਨੀ ਹੋ ਗਿਆ ਇਹ ਮਹਾਗਿਆਨੀ ਹੋ ਗਿਆ ਇਹ ਪ੍ਰੇਮ ਦਾ ਸਾਗਰ ਬਣ ਗਿਆ ਇਹ ਨਿਰਵੈਰਤਾ ਦੀ ਮੂਰਤੀ ਬਣ ਗਿਆ ਇਹ ਨਿਰਭੈਤਾ ਦਾ ਮਜਸਮਾ ਬਣ ਗਿਆ ਇਹ ਦਇਆ ਦੀ ਤਸਵੀਰ ਬਣ ਗਿਆ ਇਹ ਪ੍ਰਭੂ ਭਾਵਨਾਵਾਂ ਦੀ ਮੂਰਤੀ ਬਣ ਗਿਆ ਜਦ ਇਸ ਤਰ੍ਹਾਂ ਦੀ ਮੂਰਤੀ ਸਾਹਮਣੇ ਆਈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤੋਂ ਫਿਰ ਆਪ ਨੇ ਸੁਣੋ ਫਰੇਮ ਕਰਕੇ ਨਾਮ ਦਿੱਤਾ ਖਾਲਸਾ ਖਾਲਸਾ ਸੁਧ ਪਾਵਨ ਔਰ ਖਾਲਸੇ ਦੀ ਵਿਆਖਿਆ ਇੰਜ ਕਰ ਦਿੱਤੀ ਜਾਗਤ ਜੋਤ ਜਪੈ ਨ ਸਬਾਸਰ ਏਕ ਬਿਨਾ ਮਨ ਨੈਕ ਨਾਨ ਹੈ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਣੇ ਪੂਰਨ ਪ੍ਰੇਮ ਪੂਰਨ ਪ੍ਰੇਮ ਦੇ ਚ ਸਾਰਾ ਬ੍ਰਹਿਮੰਡ ਆ ਜਾਂਦਾ ਹੈ ਪ੍ਰੇਮ ਸੁਖੜ ਸੁਕੜ ਕੇ ਪੁੱਤਰ ਤੇ ਟਿਕ ਗਿਆ ਤੋ ਮੋਹ ਹੈ ਪ੍ਰੇਮ ਦਾ ਵਿਸਤਾਰ ਰੁਕ ਕੇ ਸੰਕੀਰਣ ਹੋ ਗਿਆ ਪਤਨੀ ਤੇ ਟਿਕ ਗਿਆ ਤੋ ਮੋਹ ਹੈ ਮਾਂ ਤੇ ਟਿਕ ਗਿਆ ਤੋ ਮੋਹ ਹੈ ਪਿਤਾ ਤੇ ਟਿਕ ਗਿਆ ਮੋਹ ਹੈ ਜੋ ਮੇਰਾ ਹੈ ਉਹੀ ਚੰਗਾ ਲੱਗਦਾ ਹੈ दूसरा नहीं उसे उस मोह कहते मोह मेरा मेरा मोह जो मेरा है उसे नाली मोह है जिस नाल मोह है वो मेरा है ये मेरा पुत्र है ये मेरी पत्नी है ये मेरा पति है, ये मेरा पिता है ये मेरी माँ है और ये मेरा मित्र है मोह ये सारा ब्रह्मांड मेरा है ये सब मेरे ने सबको मीत हम अपन के ना हम सब ना के साजन दूर पर आयो मन का बिरहा तो मेल कियो मेरे राजन ए प्रेम है मोह ग्रसया मनुख मेला होवेगा अपने पुत्र दा भला मंग सकदा है पड़ोसी दे पुत्र दा नहीं ये अपने परिवार दा भला मंग सकदा है बाकी परिवारां दा नहीं ये अपना भला मंग सकदा है दूसरे दा नहीं प्रेम चविलीन मनुख उ सरबत का भला मंगेगा नानक नाम चढ़दी कला तेरे भाने सरबत का भला प्रेम तो बिना हृदय की शुद्धि नहीं हो सकती देखा गया है। बड़े तो बड़ा दानी जे प्रेम तो हीण है तो दान करके हंकारी हो गया हंकार मैल है बड़े बड़े ज्ञानी मैले देखे गए बड़े-बड़े दानी बेईमान देखे गए नहीं बड़ी-बड़ी सेवा करने वाले कठोर देखे गए नहीं बड़े-बड़े परोपकारी दुराचारी देखे गए है नहीं हैरानगी परोपकारी ਤੇ ਦੁਰਾਚਾਰੀ ਨਹੀਂ ਹੋਣਾ ਚਾਹੀਦਾ ਦਾਨੀ ਤੇ ਬੇਈਮਾਨ ਨਹੀਂ ਹੋਣਾ ਚਾਹੀਦਾ ਗਿਆਨੀ ਤੇ ਕਪਟੀ ਨਹੀਂ ਹੋਣਾ ਚਾਹੀਦਾ ਗੁਰਬਾਣੀ ਵੀ ਕਹ ਰਹੀ ਏ ਹਿਰਦੇ ਕਪਟ ਮੁਖ ਗਿਆਨੀ جھوٹੇ ਕਹਾਂ ਬਿਨੋ ਵਸ ਪਾਣੀ ਕਪਟ ਤੇ ਫਿਰ ਗਿਆਨ ਇਤੇ ਪਾਣੀ ਦਾ ਰੜਕਣਾ ਹੈ ਔਰ ਪਾਣੀ ਨੂੰ ਮੰਥਨ ਕਰਨ ਦੇ ਨਾਲ ਮੱਖਣ ਦੀ ਪ੍ਰਾਪਤੀ ਨਹੀਂ ਹੁੰਦੀ ਪ੍ਰੇਮ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਗਿਆਨੀ ਦਾ ਹਿਰਦਾ ਮਹਿਲਾ ਹੋ ਸਕਦਾ ਹੈ ਦਾਨੀ ਦਾ ਹਿਰਦਾ ਮਹਿਲਾ ਹੋ ਸਕਦਾ ਹੈ ਪਰਵਕਾਰੀ ਦਾ ਹਿਰਦਾ ਮਹਿਲਾ ਹੋ ਸਕਦਾ ਹੈ ਪ੍ਰੇਮੀ ਦਾ ਹਿਰਦਾ ਤੇ ਸ਼ੁੱਧ ਹੁੰਦਾ ਹੈ ਪਾਵਨ ਹੁੰਦਾ ਹੈ ਜਿਸ ਨਾਲ ਪ੍ਰੇਮ ਹੋਵੇ ਉਸ ਤੋਂ ਸਦਕੇ ਹੋਣ ਨੂੰ ਜੀ ਕਰਦਾ ਹੈ ਉਸ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ ਔਰ ਜਿਸ ਨਾਲ ਦੁਸ਼ਮਣੀ ਹੋਵੇ ਉਸ ਦਾ ਖੌਣ ਨੂੰ ਜੀ ਕਰਦਾ ਹੈ ਪ੍ਰੇਮ ਹੈ ਤੋ ਜੀ ਕਰਦਾ ਹੈ ਇਸ ਨੂੰ ਸੁਖ ਦੇ ਦਈਏ ਆਰਾਮ ਦੇ ਦਈਏ ਸਨਮਾਨ ਦੇ ਦਈਏ ਤੇ ਜੇ ਕਿਦਰੇ ਲੋੜ ਪੈ ਜਾਏ ਤਿਸ ਨੂੰ ਆਪਣੀ ਜਿੰਦ ਜਾਨ ਦੇ ਦਈਏ ਪਰ ਜੇ ਦੁਸ਼ਮਣੀ ਹੈ ਘਿਰਣਾ ਹੈ ਤੋ ਖੌਣ ਨੂੰ ਜੀ ਕਰਦਾ ਹੈ ਜੇ ਦੀ ਇੱਜ਼ਤ ਖੋ ਲਈਏ ਇਦੀ ਧਨ ਸੰਪਦਾ ਖੋ ਲਈਏ। ਇਹਦੀ ਮਾਨ ਮਰਿਆਦਾ ਖੋ ਲਈਏ। ਔਰ ਮੌਕਾ ਲੱਗ ਜਾਏ ਤੇ ਇਸ ਦੀ ਜਿੰਦ ਜਾਨ ਖੋ ਲਈਏ। ਪ੍ਰੇਮ ਇਹ ਤੇ ਕੁਰਬਾਨੀ ਦੇਣ ਤੇ ਮਜਬੂਰ ਕਰਦਾ ਹੈ। ਔਰ ਪ੍ਰੇਮ ਤੋਂ ਬਿਨਾ ਹਿਰਦੇ ਦੀ ਸ਼ੁੱਧੀ ਨਹੀਂ। ਖਾਲਸਾ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਲਮਾਨੇ ਖਾਲਸੇ ਦੀ ਸਾਜਨਾ ਕਰਕੇ ਇਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਮੇਰਾ ਆਪਣਾ ਰੂਪ ਹੈ ਔਰ ਖਾਸ ਰੂਪ ਹੈ ਔਰ ਭਗਵੰਤ ਰੂਪ ਹੈ ਪ੍ਰਮਾਤਮਾ ਦਾ ਰੂਪ ਹੈ ਤਦ ਹੀ ਤੇ ਖਾਲਸੇ ਨੂੰ ਸਜਦਾ ਕੀਤਾ ਹੈ ਗੁਰੂ ਗੋਬਿੰਦ ਸਿੰਘ ਨੇ ਤਦ ਹੀ ਤੇ ਖਾਲਸੇ ਨੂੰ ਕਹਿੰਦੇ ਨੇ ਖਾਲਸਾ ਮੇਰਾ ਸਤਿਗੁਰੂ ਪੂਰਾ ਇਤਨੀ ਮਹਿਮਾਨ ਇਤਨੀ ਵਡਿਆਈ ਇਤਨਾ ਸਨਮਾਨ ਇਹ ਕੋਈ ਅਤ ਕਥਣੀ ਨਹੀਂ ਹੈ ਇਹ ਕੋਈ ਗੱਲ ਵਧਾ ਕੇ ਨਹੀਂ ਬਿਆਨ ਕੀਤੀ ਜਾ ਰਹੀ ਹੈ ਕਿਉਂਕਿ ਗੱਲ ਵਧਾ ਕੇ ਬਿਆਨ ਕੀਤੀ ਜਾਏ ਤੇ ਖੁਸ਼ਾਮਦ ਹੁੰਦੀ ਹੈ ਗੱਲ ਘਟਾ ਕੇ ਬਿਆਨ ਕੀਤੀ ਜਾਏ ਤੋ ਨਿੰਦਾ ਹੁੰਦੀ ਹੈ ਹਾਲ ਸੇ ਦੀ ਗੱਲ ਵਧਾ ਕੇ ਨਹੀਂ ਬਿਆਨ ਕਰ ਰਹੇ ਠੀਕ ਕਹਿ ਰਹੇ ਖਾਲਸ ਸ਼ੁੱਧ ਇਹ ਪ੍ਰੇਮ ਤੋਂ ਬਿਨਾ ਮਨੁੱਖ ਹੋ ਨਹੀਂ ਸਕਦਾ ਤੇ ਪ੍ਰੇਮ ਪ੍ਰਮਾਤਮਾ ਦਾ ਰੂਪ ਹੈ ਮਹਾਕਵੀ ਤੁਲਸੀ ਕਹਿੰਦੇ ਨੇ ਪ੍ਰੇਮ ਹਰ ਕੋ ਰੂਪ ਹੈ ਕਿਉਂ ਹਰ ਪ੍ਰੇਮ ਸਰੂਪ ਇੱਕ ਹੋਏ ਜਿਉਂ ਯੋ ਮਿਲੇ ਜਿਉਂ ਸੂਰਜ ਅਰਧੋ ਜਿਵੇਂ ਰੋਸ਼ਨੀ ਸੂਰਜ ਹੈ ਸੂਰਜ ਰੋਸ਼ਨੀ ਹੈ ਪ੍ਰੇਮ ਪ੍ਰਮਾਤਮਾ ਹੈ ਪ੍ਰਮਾਤਮਾ ਪ੍ਰੇਮ ਹੈ ਕਲਗੀਧਰ ਪਿਤਾ ਕਹਿੰਦੇ ਨੇ ਜਤਰ ਤਤਰ ਵਿਸਾ ਵਿਸਾ ਹੋਏ ਫੈਲਿਓ ਅਨੁਰਾਗ ਜਦ ਸਿੱਖ ਇਤਨਾ ਪਾਵਨ ਹੋ ਗਿਆ ਖਾਲਸਾ ਹੋ ਗਿਆ ਇਸ ਨੂੰ ਕੁਝ ਸੌਗਾਤਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਰਹਿਤ ਬੈਤ ਕੁਝ ਮਾਨਸਿਕ ਰਹਤ ਹੈ ਕੁਝ ਸਰੀਰਕ ਰਹਤ ਹੈ ਔਰ ਇਹ